ਕੈਨੇਡਾ ਵਿੱਚ ਕੋਰੋਨਾ ਵਾਇਰਸ ਦੀ ਮਹਾਮਾਰੀ ਨੇ ਪੰਜਾਬ ਤੋਂ ਚੰਗੇ ਭਵਿੱਖ ਦਾ ਸੁਪਨਾ ਲੈ ਕੇ ਗਏ ਹਜ਼ਾਰਾਂ ਵਿਦਿਆਰਥੀਆਂ ਨੂੰ ਵਿਹਲਾ ਕਰਕੇ ਘਰੋ ਘਰੀ ਬਿਠਾ ਦਿੱਤਾ ਹੈ। ਕਰਨ ਨੂੰ ਕੰਮ ਨਹੀਂ, ਦੋ ਡੰਗ ਦੀ ਰੋਟੀ ਤੋਂ ਵੀ ਮੁਤਾਜ ਬੈਠੇ ਹਨ। ਲੌਕਡਾਊਨ ਕਰਕੇ ਘਰਾਂ 'ਚ ਡੱਕੇ ਹਨ ਅਤੇ ਮੋਟੀਆਂ ਫੀਸਾਂ ਅਦਾ ਕਰ ਡਾਲਰ ਕਮਾਉਣ ਦੇ ਸੁਪਨੇ ਲੈ ਕੇ ਵਿਦੇਸ਼ ਗਏ ਵਿਦਿਆਰਥੀ ਘਰਾਂ 'ਚ ਡੱਕੇ ਰਹਿਣ ਨੂੰ ਮਜਬੂਰ ਹਨ। ਕੈਨੇਡਾ ਦੀ ਸਰਕਾਰ ਉਹਨਾਂ ਵਿਦਿਆਰਥੀਆਂ ਦੀ ਬਾਂਹ ਤਾਂ ਫੜ ਰਹੀ ਹੈ ਜੋ PR ਹਨ ਜਾਂ ਉੱਥੋਂ ਦੇ ਪੱਕੇ ਨਾਗਰਿਕ ਹਨ। ਉੱਥੋਂ ਦੇ ਪੱਕੇ ਵਿਦਿਆਰਥੀਆਂ ਜਾਂ ਵਰਕ ਪਰਮਿਟ ਧਾਰਕਾਂ ਲਈ $2,000 ਦੇਣ ਤੱਕ ਦੀ ਤਜਵੀਜ਼ ਹੈ। ਮਦਦ ਫੈਡਰਲ ਸਰਕਾਰ ਵੀ ਕਰ ਰਹੀ ਹੈ ਅਤੇ ਸੂਬਾ ਸਰਕਾਰ ਵੀ, ਪਰ ਉਹਨਾਂ ਦਾ ਕੀ ਜੋ ਹਾਲੇ ਸਟੂਡੈਂਟ ਵੀਜ਼ਾ 'ਤੇ ਹਨ ਅਤੇ ਪੱਕੇ ਨਹੀਂ ਹੋਏ। ਪੜ੍ਹਾਈ ਦੇ ਨਾਲ ਨਾਲ ਕੰਮ ਕਰਕੇ ਆਪਣਾ ਖਰਚਾ ਖੁਦ ਚੁੱਕਣਾ ਜ਼ਿੰਮੇਵਾਰੀ ਹੈ। ਇਹਨਾਂ 'ਚੋਂ ਕਈਆਂ ਦੇ ਮਾਪਿਆਂ ਨੇ ਕਰਜ਼ ਚੁੱਕ ਕੇ ਪੁੱਤ ਵਿਦੇਸ਼ ਤੋਰੇ ਹਨ। ਪੜ੍ਹਾਈ ਦੇ ਨਾਲ ਮਿਲੇ ਵਰਕ ਆਵਰ ਵਿੱਚ ਮਿਹਨਤ ਮਜ਼ਦੂਰੀ ਕਰਕੇ ਹੀ ਆਪਣਾ ਖਰਚਾ ਚਲਾ ਰਹੇ ਇਹ ਵਿਦਿਆਰਥੀ ਹੁਣ ਵਿਹਲੇ ਬੈਠੇ ਹਨ। ਇੱਕ ਤਾਂ ਰੁਜ਼ਗਾਰ ਗਿਆ, ਉੱਪਰੋਂ ਰੋਜ਼ ਦੇ ਖਰਚੇ, ਜ਼ਿੰਦਗੀ ਔਖੀ ਹੋਈ ਪਈ ਹੈ। ਜੋ ਕਮਾਇਆ ਸੀ ਉਹ ਰੋਜ਼ਮਰ੍ਹਾ ਦੇ ਖਰਚਿਆਂ 'ਚ ਨਿਕਲ ਰਿਹਾ ਹੈ, ਤਾਂ ਉੱਪਰੋਂ ਕਈ ਅਜਿਹੇ ਵੀ ਹਨ ਜੋ ਰੋਟੀ ਸਮੇਤ ਰਾਸ਼ਨ ਲਈ ਮੁਤਾਜ ਹਨ। ਕੋਰੋਨਾ ਵਾਇਰਸ ਨਾਲ ਨੌਕਰੀ ਤੇ ਰੁਜ਼ਗਾਰ ਵੀ ਜਾਂਦਾ ਰਿਹਾ, ਵਿਹਲੇ ਬੈਠਣਾ ਹੁਣ ਮਜਬੂਰੀ ਹੈ ਅਤੇ ਗਰੋਸਰੀ ਸਮੇਤ ਹੋਰ ਸਮਾਨ ਦੀ ਵੀ ਕਿੱਲਤ ਹੈ, ਤਾਂ ਅਜਿਹੇ ਵਿੱਚ ਕੈਨੇਡਾ ਦੀਆਂ ਸਿੱਖ ਸੰਸਥਾਵਾਂ ਇਹਨਾਂ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਈਆਂ ਹਨ। ਤਾਂ ਕੈਨੇਡਾ ਦੇ ਗੁਰਦੁਆਰਾ ਸਾਹਿਬ ਵੀ ਇਹਨਾਂ ਵਿਦਿਆਰਥੀਆਂ ਦੀ ਥਾਰ ਬਣੇ ਹੋਏ ਹਨ। ਇਸ ਦੁੱਖ ਦੀ ਘੜੀ ਵਿੱਚ ਉਹ ਗੁਰਦੁਆਰਾ ਸਾਹਿਬ ਜਾ ਕੇ ਲੰਗਰ ਛਕ ਰਹੇ ਹਨ, ਤਾਂ ਕੁਝ ਸਿੱਖ ਸੰਸਥਾਵਾਂ ਉਹਨਾਂ ਨੂੰ ਘਰੋ ਘਰੀ ਮਦਦ ਵੀ ਪਹੁੰਚਾ ਰਹੀਆਂ ਹਨ। ਇਹਨਾਂ 'ਚੋਂ ਹੀ ਇੱਕ ਹੈ ਸਰੀ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਪ੍ਰਬੰਧਕੀ ਇਕਾਈ, ਜੋ ਇਹਨਾਂ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਈ ਹੈ। ਬੈੱਡ ਬਿਸਤਰੇ ਤੋਂ ਲੈ ਕੇ ਰੋਜ਼ਮਰ੍ਹਾ ਦੀ ਲੋੜ ਦਾ ਹਰ ਸਮਾਨ ਉਹਨਾਂ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਘਰੋ ਘਰੀ ਪਹੁੰਚਾਇਆ ਜਾ ਰਿਹਾ ਹੈ। ਸਰੀ ਦੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਪ੍ਰਧਾਨ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਈ ਵੀ ਵਿਦਿਆਰਥੀ ਭੁੱਖਾ ਨਾ ਸੌਵੇ। ਵਿਦਿਆਰਥੀ ਹੀ ਨਹੀਂ, ਹੋਰ ਬਜ਼ੁਰਗ ਲੋੜਵੰਦ ਜੋ ਬੇਸਮੈਂਟ ਵਿੱਚ ਰਹਿ ਰਹੇ ਹਨ, ਜਿਨ੍ਹਾਂ ਕੋਲ ਗਰੋਸਰੀ ਦਾ ਸਮਾਨ ਨਹੀਂ, ਉਹਨਾਂ ਤੱਕ ਪਹੁੰਚ ਕਰ ਸਕਦੇ ਹਨ। ਸਾਨੂੰ ਫੋਨ ਕਰਕੇ ਐਡਰੈਸ ਦੇਣਾ ਹੋਵੇਗਾ। ਆਟਾ ਦਾਲ ਸਮੇਤ ਹੋਰ ਸਾਜੋ ਸਮਾਨ ਘਰ ਘਰ ਪਹੁੰਚਾਇਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਲੰਗਰ ਜਾਰੀ ਹੈ ਅਤੇ ਇੱਥੋਂ ਲੋੜਵੰਦ ਵਿਦਿਆਰਥੀ ਹੀ ਨਹੀਂ, ਹਰ ਕੋਈ ਆ ਕੇ ਲੰਗਰ ਛਕ ਸਕਦਾ ਹੈ ਅਤੇ ਆਪਣੀ ਲੋੜ ਦਾ ਸਮਾਨ ਲਿਜਾ ਸਕਦਾ ਹੈ। ਪਰ ਇਸ ਦਰਮਿਆਨ ਵੱਡਾ ਸਵਾਲ ਸਰਕਾਰ ਉੱਪਰ ਉੱਠਦਾ ਹੈ। ਕੌਮਾਂਤਰੀ ਵਿਦਿਆਰਥੀਆਂ ਤੋਂ ਮੋਟੀਆਂ ਫੀਸਾਂ ਵਸੂਲ ਰਹੇ ਵਿਦਿਅਕ ਅਦਾਰਿਆਂ 'ਤੇ ਵੀ ਉੱਠਦਾ ਹੈ ਕਿ ਕੀ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ। ਇਹ ਵਿਦਿਆਰਥੀ ਮੋਟੀਆਂ ਫੀਸਾਂ ਅਦਾ ਕਰ ਇਸ ਦੇਸ਼ ਵਿੱਚ ਆਏ, ਆਪਣੀ ਮਿਹਨਤ ਨਾਲ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾ ਰਹੇ ਹਨ, ਪਰ ਕੈਨੇਡਾ ਦੀ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਨੂੰ ਬਿਲਕੁਲ ਬੇਸਹਾਰਾ ਛੱਡ ਰਹੀ ਹੈ। ਤਾਂ ਇਸ ਦੁੱਖ ਦੀ ਘੜੀ ਵਿੱਚ ਗੁਰਦੁਆਰਾ ਸਾਹਿਬ ਅਤੇ ਸਿੱਖ ਸੰਸਥਾਵਾਂ ਇਹਨਾਂ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਏ ਹਨ। ਇਹ ਵਿਦਿਆਰਥੀ ਇਹਨਾਂ ਬੇਕਾਰੀ ਦੇ ਦਿਨਾਂ ਵਿੱਚ ਇੱਥੋਂ ਲੰਗਰ ਛਕ ਰਹੇ ਹਨ ਅਤੇ ਆਪਣੀ ਲੋੜ ਦਾ ਸਮਾਨ ਲਿਜਾ ਰਹੇ ਹਨ। ਜੋ ਘਰਾਂ ਵਿੱਚ ਫਸੇ ਹੋਏ ਹਨ ਉਹਨਾਂ ਤੱਕ ਲੰਗਰ ਪਹੁੰਚਾਇਆ ਜਾ ਰਿਹਾ ਹੈ। ਇਹ ਆਪਣੇ ਆਪ ਵਿੱਚ ਇੱਕ ਵੱਡਾ ਉਪਰਾਲਾ ਹੈ। ਦੇਸ਼ ਦੁਨੀਆ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਕਿ ਕਿਸ ਤਰ੍ਹਾਂ ਸਿੱਖ ਸੰਸਥਾਵਾਂ ਵੱਲੋਂ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ। ਇਹ ਆਪਣੇ ਆਪ ਵਿੱਚ ਹੀ ਕਾਬਲੇ ਤਾਰੀਫ ਹੈ, ਪਰ ਸਰਕਾਰਾਂ ਨੂੰ ਵੀ ਇਸ ਤੋਂ ਸੇਧ ਲੈਣ ਦੀ ਲੋੜ ਹੈ ਕਿ ਇਹੀ ਇਨਸਾਨੀਅਤ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਜਦੋਂ ਉਹਨਾਂ ਨੂੰ ਆਸਰੇ ਦੀ ਲੋੜ ਹੈ, ਸਰਕਾਰਾਂ ਹੱਥ ਪਿੱਛੇ ਖਿੱਚ ਰਹੀਆਂ ਹਨ, ਉਹਨਾਂ ਨੂੰ ਬੇਸਹਾਰਾ ਛੱਡ ਰਹੀਆਂ ਹਨ। ਤਾਂ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ। ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ LORs SOP 'ਚ ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਦੇ ਹਾਂ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।